ਗ੍ਰਾਂਟ ਲੈਣਾ ਤੇ ਕਿੰਨਾ ਦਾ ਕਿੱਤਾ ਆ ਕਿਸੇ ਵੀ ਲਿਬਰੇਸ਼ਨ ਦੇ ਨਾਂ ਥੱਲੇ ਤੁਹਾਨੂੰ ਵਰਗਲਾ ਕੇ ਤੁਸੀਂ ਪਾਵਰ ਕਿਸੇ ਇੱਕ ਗ੍ਰਾਂਟ ਮਾਫੀਆ ਨੂੰ ਦੇ ਦੇਵੋ ਬੜੀ ਸੁਹਿਰਦ ਹੈ ਸਾਡੀ ਸਰਕਾਰ ਔਰ ਉਹ ਸਾਡੀਆਂ ਬੇਨਤੀਆਂ ਬੜੇ ਰਿਸਪੈਕਟਫੁਲੀ ਸੁਣ ਰਹੇ ਨੇ ਉਹਨਾਂ ਨੇ ਲਿਖਣ ਲੱਗੇ ਇਹ ਜਿਹੜਾ ਐਕਸਕਲੂਸਿਵ ਮੰਥ ਦਿੱਤਾ ਸਿੱਖਾਂ ਨੂੰ ਇਨਕਲੂਸਿਵ ਨਹੀਂ ਹੈਗਾ ਇਹ ਐਕਸਕਲੂਸਿਵ ਮੰਥ ਹੈ ਸਿੱਖਾਂ ਲਈ ਔਰ ਅਸੀਂ ਇਹਨੂੰ ਮਾੜਨਾ ਮਨਾਉਣੇ ਆ ਇਹਦੇ ਵਿੱਚ ਸਾਡੇ ਬੋਲੇ ਸਾਡੀ ਬੋਲੀ ਸਾਡੀ ਜੁਕਾਰੇ ਉਹ ਸ਼ਾਮਿਲ ਹੁੰਦੇ ਨੇ ਚੜ੍ਹਦੀ ਕਲਾ ਦਾ ਭਾਵ ਦੱਸਿਆ ਜਾਂਦਾ ਔਰ ਚੜ੍ਹਦੀ ਕਲਾ ਦੇ ਨਾਲ ਕੋਈ ਵੀ ਹੋਰ ਥਾਟ ਨਹੀਂ ਆ ਸਕਦੀ ਚੜ੍ਹਦੀ ਕਲਾ ਇਜ਼ ਚੜ੍ਹਦੀ ਕਲਾ ਸਿੱਖ ਹੈਰੀਟੇਜ ਮਨਥ ਹਰ ਹਰ ਸਾਲ April ਦਾ ਮਨਥ ਜਿਹੜਾ ਹੈਗਾ ਪੂਰੇ ਕੈਨੇਡਾ ਦੇ ਵਿੱਚ ਹੁਣ ਤਾਂ ਅਬਜ਼ਰਵ ਕੀਤਾ ਜਾਂਦਾ ਸਿੱਖ ਹੈਰੀਟੇਜ ਮਨਥ ਦੇ ਤੌਰ ਤੇ ਇਹਦੀ ਸਿਗਨੀਫਿਕੈਂਸ ਕੀ ਹੈ ਜੀ ਪਹਿਲਾਂ ਤਾਂ ਇਹਦੇ ਬਾਰੇ ਗੱਲਬਾਤ ਕਰਦੇ ਆਪਾਂ ਅਜੀ ਮੈਨੂੰ ਇਹ ਲੱਗਦਾ ਹੁੰਦਾ ਵੀ ਕਿੰਨੇ ਆਪਾਂ ਖੂਬਸੂਰਤ ਮੁਲਕ 'ਚ ਰਹਿ ਰਹੇ ਹਾਂ ਇਸ ਟਾਈਮ। ਸੋ ਜਦੋਂ ਆਪਾਂ ਇਹ ਮਿਹਰ ਹੁੰਦੀ ਆਪਣੇ ਤੇ ਸਾਨੂੰ ਉੱਚ ਬਹੁਤ ਖੁਸ਼ੀ ਮਿਲਦੀ ਆ। ਹਾਂ। ਔਰ ਐਸੀ ਜਦੋਂ ਦੇਖਦੇ ਆ ਮੈਂ ਇੱਕ ਪੇਪਰ ਲੈ ਕੇ ਆਇਆ ਮੈਂ ਉਹ ਚ ਪੜ੍ਹ ਕੇ ਸੁਣਾਵਾਂਗਾ ਤੁਹਾਨੂੰ। ਪਲੀਜ਼ ਪਲੀਜ਼। ਬਈ, "The Bill 376 was originally introduced by Siri Newton MP Sukhaliwal in October 2017." ਤੇ ਹਾਊਸ ਆਫ ਕਾਮਨ ਚੋਏ 2018 ਤੇ ਸੈਨੇਟ ਚੋਂ 2019 ਚ ਪਾਸ ਹੋਇਆ ਔਰ ਕਿਸੇ ਨੇ ਦਾ ਵਿਰੋਧ ਨਹੀਂ ਕੀਤਾ ਸੋ ਜਿੱਥੇ ਅਸੀਂ ਕੈਨੇਡਾ ਦਾ ਧੰਨਵਾਦ ਕਰਦੇ ਆ ਉੱਥੇ ਅਸੀਂ ਸਖਤ ਸਾਲੀਵਾਰ ਹੋਣਾਂ ਦਾ ਵੀ ਧੰਨਵਾਦ ਕਰਦੇ ਆ ਜੀ ਔਰ ਇਹਦੇ ਵਿੱਚ ਫਰਦਰ ਜਿਹੜੀ ਮੈਨੂੰ ਬਹੁਤ ਪਿਆਰੀ ਚੀਜ਼ ਲੱਗੀ ਉਹ ਮੈਂ ਅਗੇਨ ਪੜ੍ਹ ਕੇ ਸੁਣਾਵਾਂਗਾ ਕਿ ਮਿੱਤੋ ਕੋ ਗਲਤੀ ਨਾ ਹੋ ਜਵੇ ਕਿ ਵੇਅਰ ਐਜ਼ ਦਾ ਪਾਰਲੀਮੈਂਟ ਆਫ ਕੈਨੇਡਾ ਰੈਕੋਗਨਾਈਜ਼ਸ ਦਾ ਸਿਗਨੀਫੀਕੈਂਟ ਕੰਟਰੀਬਿਊਸ਼ਨ ਥੈਟ ਸਿੱਖ ਕੈਨੇਡੀਅਨਸ ਹੈਵ ਮੇਡ ਟੂ ਕੈਨੇਡਾ ਸੋਸ਼ਲ ਇਕਨੋਮਿਕ ਪੋਲੀਟੀਕਲ ਐਂਡ ਕਲਚਰਲ ਫੈਬਰਿਕ as well as the richness of the punjabi language hmm. and culture and the gurmukhi script hmm. so it ch tin chizaan pad ke mainu bilkul bahut khushi hundi hai ji ke onna ne likhan lagge jehda exclusive month ditta sikhan nu inclusive nahi hai ga eh exclusive month hai sikhan layi aur asi eh nu manana manone aa ede vich sade bole sade boli sadi jikare ਉਹ ਸ਼ਾਮਿਲ ਹੁੰਦੇ ਨੇ ਚੜਦੀ ਕਲਾ ਦਾ ਭਾਵ ਦੱਸਿਆ ਜਾਂਦਾ ਔਰ ਚੜਦੀ ਕਲਾ ਦੇ ਨਾਲ ਕੋਈ ਵੀ ਹੋਰ ਥਾਟ ਨਹੀਂ ਆ ਸਕਦੀ ਚੜਦੀ ਕਲਾ ਇਜ਼ ਚੜਦੀ ਕਲਾ ਹਮ ਐਂਡ ਐਂਡ ਇਟਸੈਲਫ ਇਟ ਇਜ਼ ਅ ਕੰਪਲੀਟ ਥਾਟ ਹਾਂਜੀ ਔਰ ਇਹਦੇ 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 ਨਾਲ ਕੋਈ ਹੋਰ ਸ਼ਬਦ ਐਡ ਨਹੀਂ ਕੀਤਾ ਜਾ ਸਕਦਾ ਜੀ ਜੀ ਹਮ ਅੱਛਾ ਰਾਜਮਨ ਢਾਲ ਜੀ ਜਿਹੜੀ ਜਿਹੜੀ ਇੱਕ ਐਗਜ਼ਿਬਿਸ਼ਨ ਲਗਾਈ ਗਈ ਹੈ ਆ ਉਹ ਐਗਜ਼ਿਬਿਸ਼ਨ ਨੂੰ ਸਿੱਖ ਹੈਰੀਟੇਜ ਮੰਥ ਦੇ ਨਾਲ ਜੋੜ ਕੇ ਦੇਖਦੇ ਹਾਂ ਜੀ ਹਾਂਜੀ ਇਹ ਵੀ ਵਾਇਰਸ ਦੀ ਮੇਰ ਹੋ ਗਈ ਕਿ ਉਹ ਆਪੇ ਹੀ ਜੁੜ ਗਈ ਹੈ ਇਹਦੇ ਨਾਲ ਕਿਉਂਕਿ ਉਹ ਸ਼ੁਰੂ ਤਾਂ ਫਰਬਰੀ 6 ਦੀ ਹੋਈ ਹੋਈ ਆ ਅ ਪਰ ਉਹ ਇਸ ਦੌਰਾਨ ਆ ਗਈ ਆ ਸੋ ਇਦਾਂ ਮੈਂ ਕਹਿ ਸਕਦਾ ਵੀ ਸਾਡੀ ਪਹਿਲਾਂ ਵਿਉਤਬੰਦੀ ਸੀਗੀ ਪਰ ਇਦਾਂ ਸੀਗਾ ਨਹੀਂ ਉਹ ਕੁਦਰਤੀ ਆ ਗਈ ਆ ਸੋ ਅਸੀਂ ਸਾਰਿਆਂ ਨੂੰ ਸੁਨੇਹਾ ਦਿੰਨੇ ਆ ਵੀ ਜਦੋਂ ਆਪਾਂ ਸਿੱਖ ਹੈਰੀਟੇਜ ਮਨਥ ਮਨਾਉਂਦੇ ਆ ਤੇ ਜ਼ਰੂਰ ਉੱਥੇ ਵੀ ਆਇਓ ਤੇ ਉੱਥੇ ਦੇਖਿਓ ਐਂਡ ਅਗੇਨ ਸਿਟੀ ਆਫ ਫਰੀਦਾ ਧੰਨਵਾਦ ਹੈ ਜੀ ਤੇ ਮਿਊਜ਼ੀਅਮ ਦਾ ਧੰਨਵਾਦ ਆ ਤੇ ਫ੍ਰੀ ਐਡਮਿਸ਼ਨ ਹੈ ਉੱਥੇ ਜੀ ਜੀ ਅੱਛਾ ਜਿਹੜਾ ਮਿਊਜ਼ੀਅਮ ਦਾ ਹੁਣ ਤੁਸੀਂ ਜ਼ਿਕਰ ਕੀਤਾ ਜਿਹੜਾ BC NDP ਵੱਲੋਂ ਇਲੈਕਸ਼ਨ ਪ੍ਰੋਮਿਸ ਹੈ ਕਿ ਮਿਊਜ਼ੀਅਮ ਦਾ ਕੀਤਾ ਗਿਆ ਸੀ ਉਹ ਗੱਲਬਾਤ ਕਿੱਥੇ ਖੜੀ ਹੈ ਉਹ ਗੱਲਬਾਤ ਕਿੱਥੇ ਖੜੀ ਹੈ ਸਾਨੂੰ ਇਹ ਅਪਡੇਟ ਦਿਓ ਪਰ ਉਸ ਤੋਂ ਪਹਿਲਾਂ ਮੈਂ ਮੇਰਾ ਇੱਕ ਸਵਾਲ ਹੈ ਜੀ ਮੈਂ ਪੁੱਛਣਾ ਚਾਹੁੰਦੀ ਹਾਂ ਦਾ ਜਵਾਬ ਦਿਓ ਤੁਸੀਂ ਜਿਹੜਾ ਸੌਖਾ ਜਿਹਾ ਪੁੱਛਿਆ ਜਿਹੜਾ ਮਿਊਜ਼ੀਅਮ ਦੀ ਸਾਊਥ ਸਾਊਥ ਏਸ਼ੀਅਨ ਮਿਊਜ਼ੀਅਮ ਪਹਿਲਾਂ ਤਾਂ ਉਹਨੂੰ ਕਿਹਾ ਜਾ ਰਿਹਾ ਸੀ ਉਹ ਜਿਹੜਾ ਸਾਊਥ ਏਸ਼ੀਅਨ ਮਿਊਜ਼ੀਅਮ ਵਾਲੀ ਥਾਟ ਆਈ ਉਹ ਉਹ ਇੰਟੈਂਸ਼ਨ ਤਾਂ ਗੁੱਡ ਇੰਟੈਂਸ਼ਨ ਸੀ ਜੇ ਦੇਖਿਆ ਜਾਵੇ ਹਾਂਜੀ ਹਾਂਜੀ ਬਟ ਕੀ ਤੁਹਾਨੂੰ ਇਹ ਲੱਗਦਾ ਵੀ ਜਿਹੜੀ ਉਹ ਹੋਲ ਦੋ ਹੋਲ ਪ੍ਰੋਸੈਸ ਰਿਲੇਟਡ ਟੂ ਥੈਟ ਮਿਊਜ਼ੀਅਮ ਵਾਸ ਇਟ ਨਾਟ ਵੈਲ ਥਾਟ ਆਫ ਪਹਿਲਾਂ ਤਾਂ ਨਾਮ ਨੂੰ ਲੈ ਕੇ ਜਿਹੜਾ ਰੇੜਕਾ ਪੈ ਗਿਆ ਫਿਰ ਪਬਲਿਕ ਕੰਸਲਟੇਸ਼ਨਸ ਨੂੰ ਲੈ ਕੇ ਜਿਹੜਾ ਰੇੜਕਾ ਪੈ ਗਿਆ ਹੋਣੀ ਸੁਣਦੀ ਇਹ ਇਹ ਵੀ ਸੁਣਨ ਜਾ ਰਹੀ ਆ ਗੱਲ ਕਿ ਕੋਈ ਬਿਲਡਿੰਗ ਹੀ ਨਹੀਂ ਹੋਣੀ ਹੈਗੀ ਉਹ ਤਾਂ ਆਰਕਾਈਵਸ ਦੇ ਵਿੱਚ ਕੰਪਿਊਟਰ ਤੇ ਜਾ ਕੇ ਤੁਸੀਂ ਮਿਊਜ਼ੀਅਮ ਦੇਖ ਲੈਣਾ ਵਾਟ ਯੂ ਹੈਵ ਟੂ ਸੇ ਬਾਊਟ ਦਿਸ ਮਿਊਜ਼ੀਅਮ ਅ ਦੇਖੋ ਜੀ ਜਦੋਂ ਸਰਕਾਰ ਆਪਣੇ ਜਿਹੜੇ ਆਪਾਂ ਕਨੇਡੀਅਨ ਆ ਜਾਂ BC ਕਲੰਬੀਅਨਸ ਬ੍ਰਿਟਿਸ਼ ਕਲੰਬੀਅਨਸ ਉਹਨਾਂ ਦੀ ਇੰਟੈਂਸ਼ਨ ਤਾਂ ਬਹੁਤ ਵਧੀਆ ਸੀਗੀ ਔਰ ਉਹ ਚਾਹੁੰਦੇ ਸੀਗੇ ਵੀ ਜਿੱਦਾਂ ਚਾਈਨੀਜ਼ ਮਿਊਜ਼ੀਅਮ ਬਣਿਆ ਤੇ ਇਦਾਂ ਜਿਹੜੇ ਹੋਰ ਕੈਨੇਡੀਅਨ ਨੇ ਉਹਨਾਂ ਦਾ ਵੀ ਮਿਊਜ਼ੀਅਮ ਬਣੇ ਹਾਂ ਉਹਨਾਂ ਦੀ ਕੰਟ੍ਰਿਬਿਊਸ਼ਨ ਨੂੰ ਹਾਈਲਾਈਟ ਕਰਨਾ ਪਰ ਮੈਂ ਹੁਣ ਨਾ ਥੋੜਾ ਮੈਨੂੰ ਸੋਚ ਕੇ ਰਿਸਪੈਕਟਫੁਲੀ ਜੀ ਗੱਲ ਕਰਨੀ ਪੈਣੀ ਆ ਕਿ ਜਿਹੜੇ ਕਈ ਅ ਕਿਰਿੰਦੇ ਸੀਗੇ ਜਿਹੜੇ ਜਿਨ੍ਹਾਂ ਦੇ ਆਪਣੇ ਜ਼ਾਤੀ ਮਫਾਦ ਨੇ ਉਹਨਾਂ ਨੇ ਸਰਕਾਰ ਨੂੰ ਸ਼ਾਇਦ ਇਪਲੇਖਾ ਦੇ ਦਿੱਤਾ ਕਿ ਉਹ ਸਾਰੀ ਬ੍ਰਿਟਿਸ਼ ਕਲੰਬੀਆ ਨੂੰ ਰਿਪਰੈਜ਼ੈਂਟ ਕਰਦੇ ਆ ਚਾਹੇ ਉਹ ਯੂਨੀਵਰਸਿਟੀਆਂ ਦੇ ਵਿੱਚ ਸੀਗੇ ਚਾਹੇ ਉਹ ਕੋਈ ਗ੍ਰਾਂਟ ਲੈਣ ਵਾਲੇ ਜਿੱਦਾ ਪੱਕੀ ਗ੍ਰਾਂਟ ਮਸ਼ੀਨ ਬਟ ਸੀਗੇ ਉਹ ਅ ਔਰ ਸਰਕਾਰ ਦਾ ਜਿਹੜਾ ਜਿੱਦਾਂ ਤੁਸੀਂ ਦੇਖੋ ਵੀ ਉਹਨਾਂ ਨੇ ਉਹਨਾਂ ਦੀ ਗੱਲ ਮੰਨ ਲਈ ਹੂੰ ਬਈ ਸ਼ਾਇਦ ਇਦਾਂ ਹੀ ਹੋਏਗਾ ਹੂੰ ਕਿਉਂਕਿ ਉਹ ਸਰਕਾਰ ਤੇ ਜਿਹੜਾ ਆਮ ਆਪਣਾ ਬ੍ਰਿਟਿਸ਼ ਕਲੰਬੀਅਨ ਆ ਉਹਦੇ ਵਿੱਚ ਬਜਾਏ ਕਿ ਕਿ ਬ੍ਰਿਜ ਬਣਨ ਦੇ ਉਹ ਕੰਧ ਬਣ ਕੇ ਖੜ ਗਏ ਉੱਥੇ ਔਰ ਜੋ ਇਧਰਲੀ ਗੱਲ ਸੀ ਉਹਨਾਂ ਨੇ ਉਹਨੂੰ ਆਪਣੇ ਹਿਸਾਬ ਨਾਲ ਟ੍ਰਾਂਸਲੇਸ਼ਨ ਕਰਕੇ ਅੱਗੇ ਦੱਸਿਆ ਸੋ ਜਦੂ ਆਪਾਂ ਆਵਾਜ਼ ਉਠਾਈ ਜਾਂ ਹੋਰ ਆਪਣੇ ਜਿਹੜੀਆਂ 4-500 ਨਾਲ ਬੰਦੇ ਜਿਨ੍ਹਾਂ ਨੇ ਵੀਡੀਓਜ਼ ਭੇਜੀਆਂ ਤੁਸੀਂ ਦੇਖੀਆਂ ਹੋਈਆਂ ਨੇ ਉਹਦੇ ਤੋਂ ਫਿਰ ਸਰਕਾਰ ਨੂੰ ਇਹ ਭਿੰਨਕ ਲੱਗੀ ਵੀ ਇਹ ਜਿਹੜੇ ਬੰਦੇ ਨੇ ਇਹ ਸਿਹਰਦ ਨਹੀਂ ਹੈਗੇ ਸੋ ਉਹਦੇ ਕਰਕੇ ਉਹਨਾਂ ਨੇ ਫੇਕ ਓਖਣਾ ਸ਼ੁਰੂ ਕਰ ਦਿੱਤਾ ਹੂੰ ਸੋ ਇੱਕ ਮੈਂ ਕਿਸੇ ਆਪਣੇ ਸੱਜਣ ਨੇ ਉਹ ਮੈਨੂੰ ਕਹਿੰਦੇ ਜੀ ਤੁਸੀਂ ਮਿਊਜ਼ੀਅਮ ਟਾਰਪੀਡੋ ਕਰ ਦਿੱਤਾ ਅੱਛਾ ਮੈਂ ਕਿਹਾ ਜੀ ਨਹੀਂ ਟਾਰਪੀਡੋ ਨਹੀਂ ਕੀਤਾ ਥੋੜਾ ਜਿਹਾ ਡਿਲੇ ਹੋਇਆ ਤਾਂ ਕਰਕੇ ਕਿ ਜਦੋਂ ਇੱਕ ਵਾਰੀ ਮਿਊਜ਼ੀਅਮ ਬਣ ਜਾਂਦਾ ਫਿਰ ਬਾਅਦ ਚ ਕੋਈ ਉੱਥੇ ਰੌਲਾ ਨਾ ਪਵੇ ਹੂੰ ਐਤ ਦਾ ਐਂਡ ਆਫ ਦਾ ਡੇ ਆਪਣੀ ਇੰਟੈਂਸ਼ਨ ਇਹ ਹੋਣੀ ਚਾਹੀਦੀ ਆ ਕਿ ਅਸੀਂ ਇਸ ਖੂਬਸੂਰਤ ਮੁਲਕ ਨੂੰ ਸਟਰੋਂਗ ਕਿਵੇਂ ਕਰਨਾ ਤੇ ਇਹੀ ਅਸੀਂ ਸਨੇਹਾ ਸਰਕਾਰ ਨੂੰ ਦਿੱਤਾ ਸੀਗਾ ਬੇ بجائے ਕਿ ਤੁਸੀਂ ਇੱਕ ਕੰਸਲਟਿੰਗ ਫਰਮ ਹਾਇਰ ਕਰਨ ਦੇ ਤੁਸੀਂ ਜਿੰਨਾ ਵੀ ਮੈਨੂੰ ਪਤਾ ਨਹੀਂ ਕਿੰਨੇ ਉਹਨਾਂ ਨੇ ਰਕਮ ਖਰਚਣੀ ਆ ਪਰ ਮੇਰੀ ਸ਼ਾਇਦ ਚਾਈਨਿਸ ਮਿਊਜ਼ੀਅਮ ਤੇ ਉਹਨਾਂ ਨੇ 60 ਕੇ ਮਿਲੀਅਨ ਖਰਚਿਆ on the consultation process ਨਹੀਂ ਟੋਟਲ 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 ਮਿਊਜ਼ੀਅਮ ਸੋ ਹੋ ਸਕਦਾ ਇਹ ਅੱਠ ਮੁਲਕ ਨੇ ਹੁਣ ਮੈਂ ਕਹਿਣਾ ਨਹੀਂ ਜਾਂਦਾ ਵੀ ਅੱਠਾਂ ਨੂੰ 480 ਮਿਲੀਅਨ ਦੇਵੋ ਪਰ ਹੋ ਸਕਦਾ ਇੱਥੇ ਵੀ 60 ਕੇ ਖਰਚ ਹੋ ਰਿਹਾ ਸ਼ਾਇਦ ਓਕੇ ਇਹੀ ਸ਼ਾਇਦ ਉਹਨਾਂ ਦੀ ਮਜਬੂਰੀ ਆ ਵੀ ਸਾਊਥ ਈਸ਼ੀਅਨ ਸਾਰਿਆਂ ਨੂੰ ਇਕੱਠਾ ਕਰਨਾ ਚਾਹੁੰਦੇ ਆ ਤਾਂ ਕਰਕੇ ਉਹਨਾਂ ਨੂੰ ਰਕਮ ਵੀ ਥੋੜੀ ਖਾਚਣੀ ਪਵੇ ਚਲੋ ਉਹ ਤਾਂ ਮੈਂ ਸਮਝਦਾ ਆ ਪਰ ਉਹਨਾਂ ਦੀ ਇੰਟੈਂਸ਼ਨ ਬਹੁਤ ਵਧੀਆ ਆ ਮਿਊਜ਼ੀਅਮ ਬਣਾਉਣ ਦੀ ਸੋ ਹੁਣ ਜਦੋਂ ਉਹਨਾਂ ਨੇ ਇੱਕ ਉਹਨਾਂ ਨੇ ਇੱਕ ਕਦਮ ਚੱਕਿਆ ਆ ਕਿ ਮੇਰਾ ਖਿਆਲ ਹੈ ਜੀ ਕੱਲ ਨੂੰ ਸਵੇਰੇ ਕਿਸੇ ਟਾਈਮ ਉਹਨਾਂ ਨੇ ਅਨਾਉਂਸਮੈਂਟ ਕਰ ਦੇਣੀ ਆ ਸੋ ਜਦੋਂ ਅਨਾਉਂਸਮੈਂਟ ਹੋ ਜਾਣੀ ਆ ਫੇਰ ਇਹ ਸਰਕਾਰ ਤੋਂ ਪੁੱਛਣ ਦੀ ਲੋੜ ਨਹੀਂ ਹੈਗੀ ਕਿ ਵੇਅਰ ਇਜ਼ ਮਾਈ ਮਿਊਜ਼ੀਅਮ ਫਿਰ ਤਾਂ ਅਨਾਉਂਸਮੈਂਟ ਹੋ ਗਈ ਨਾ ਫਿਰ ਤਾਂ ਇਹ ਕੱਲ ਹੋਣਾ ਜੀ ਇਹ ਇਵੈਂਟ ਵੇਅਰ ਇਜ਼ ਵੇਅਰ ਇਜ਼ ਆਵਰ ਮਿਊਜ਼ੀਅਮ ਹਾਂਜੀ ਉਹ ਮੇਰੇ ਖਿਆਲ ਸ਼ਾਮ ਨੂੰ ਹੋਣਾ ਜੀ ਓਕੇ ਪਰ ਮੈਨੂੰ ਕਾਫੀ ਕੀ ਨਾ ਵੀ ਸਵੇਰੇ ਅਨਾਉਂਸਮੈਂਟ ਹੋ ਜਾਣੀ ਹੈ ਓਕੇ ਸੋ ਬਾਕੀ ਜਿਨ੍ਹਾਂ ਨੇ ਇਕੱਠੇ ਹੋਣਾ ਸ਼ਾਮ ਨੂੰ ਮੇਰੇ ਖਿਆਲ ਕਿਤੇ ਹੋਰ ਚੰਗੇ ਕਾਰਜ ਤੇ ਜਾ ਸਕਦੇ ਆ ਪਰ ਜੇ ਇਕੱਠੇ ਹੋਣਾ ਉੱਥੇ ਵੀ ਹੋ ਸਕਦੇ ਆ ਨਾ ਫ੍ਰੀ ਕੰਟਰੀ ਆ ਪਰ ਅਗੇਨ ਮੈਂ ਸਟ੍ਰੈਸ ਦਊਂਗਾ ਇਸ ਗੱਲ ਦਾ ਕਿ ਜਿਹੜੀ ਸਰਕਾਰ ਦੀ ਇੰਟੈਂਸ਼ਨ ਆ ਉਹ ਬਹੁਤ ਵਧੀਆ ਆ ਉਹ ਉਹਨਾਂ ਨੇ ਜਿਹੜੀ ਵੱਖਰੇ ਵੱਖਰੇ ਤਰ੍ਹਾਂ ਦੇ ਲੋਕਾਂ ਨੂੰ ਇਕੱਠੇ ਕਰਨਾ ਹੁਣ ਔਰ ਮੈਂ ਇੰਨਾ ਕ ਤੁਹਾਨੂੰ ਹਿੰਟ ਦੇ ਸਕਦਾ ਕਿ ਉਹਨਾਂ ਨੇ ਪਾਵਰ ਇੱਕ ਗਰੁੱਪ ਤੋਂ ਲਾ ਕੇ ਆਮ ਜਿਹੜਾ ਮੇਰੇ ਵਰਗਾ ਜਾਂ ਤੁਹਾਡੇ ਵਰਗਾ ਐਵਰੇਜ ਜਿਹੜਾ ਬ੍ਰਿਟਿਸ਼ ਕੋਲੰਬੀਅਨ ਸੀਗਾ ਉਹਨਾਂ ਦੇ ਹੱਥ 'ਚ ਦੇ ਦਿੱਤੀ ਆ ਔਰ ਇਹੀ ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਆ ਕਿ ਜਿਹੜਾ ਨਾਮ ਰੱਖਣਾ ਉਹਦਾ ਤੇ ਉਹਦੇ ਵਿੱਚ ਕੀ ਹੋਏਗਾ ਕਿੱਥੇ ਹੋਏਗਾ ਇਹ ਆਮ ਲੋਕਾਂ ਨੂੰ ਪੁੱਛੋ ਜਿਹੜਾ ਇੱਕ ਗ੍ਰੈਂਟ ਮਾਫੀਆ ਬਣਿਆ ਹੋਇਆ ਹੂੰ ਉਹਨੂੰ ਨਾ ਪੁੱਛੋ ਸੋ ਐਸੀ ਸੋ ਇਹ ਮੈਸੇਜ ਕਲੀਅਰਲੀ ਪਹੁੰਚ ਗਿਆ ਜੀ ਉਧਰ ਮੈਂ ਕਹਾਂ ਜੀ ਆਪਾਂ ਨੂੰ ਮੈਨੂੰ ਲੱਗਦਾ ਵੀ ਕੱਲ ਨੂੰ ਸਾਰਿਆਂ ਨੂੰ ਸੁਣੇਗਾ ਸਵੇਰੇ ਤੇ ਐਸੀ ਇਹ ਕਹਿ ਸਕਦੇ ਆ ਕਿ ਬੜੀ ਸਿਹਰ ਦੇ ਸਾਡੀ ਸਰਕਾਰ ਹੂੰ ਥੋੜੀ ਦੇਰੀ ਹੋ ਜਾਂਦੀ ਆ ਪਰ ਸੁਣ ਲੈਂਦੀ ਹੁਣ ਜਿੱਦਾਂ ਸੀ ਉਹਨੂੰ ਮੇਰੇ ਖਾਲ ਪਿਛਲੇ ਅਪ੍ਰੈਲ ਤੋਂ ਬੇਨਤੀਆਂ ਕਰ ਰਹੇ ਆ ਔਰ ਉਹ ਸਾਡੀਆਂ ਬੇਨਤੀਆਂ ਬੜੇ ਰਿਸਪੈਕਟਫੁਲੀ ਸੁਣ ਰਹੇ ਨੇ ਕੱਲ੍ਹ ਸਾਡਿਆਂ ਦੀ ਨਹੀਂ ਹੋਰ ਵੀ ਬ੍ਰਿਟਿਸ਼ ਕੋਲੰਬੀਅਨ ਹੈਗੇ ਨੇ ਔਰ ਕੱਲ ਨੂੰ ਮੈਨੂੰ ਲੱਗਦਾ ਜੀ ਕੋਈ ਖੁਸ਼ੀ ਵਾਲੀ ਖਬਰ ਫਿਰ ਫਿਰ ਆ ਜਾਣੀ ਆ ਲੈਟਸ ਸੀ ਲੈਟਸ ਹੋਪ ਫॉर द ਬੈਸਟ ਮਿਊਜ਼ੀਅਮ ਲਿਬਰੇਸ਼ਨ ਫੋਰਸ ਵਾਰੀ ਗੱਲਬਾਤ ਕਰਨਾ ਚਾਹੂੰਗੀ ਜੀ ਇਹ ਮਿਊਜ਼ੀਅਮ ਲਿਬਰੇਸ਼ਨ ਫੋਰਸ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਦੋਂ ਇਹ ਹੋਣ ਦੇ ਵਿੱਚ ਆਈ ਕਿਵੇਂ ਹੋਣ ਦੇ ਵਿੱਚ ਆਈ ਹੁਣ ਕੱਲ ਜਿਹੜਾ ਇਹਨਾਂ ਦਾ ਇਵੈਂਟ ਹੋਣਾ uh does it make sense uh ਤੁਸੀਂ ਦੇਖੋ ਜੀ ਜਿਹੜੀ ਨਾ ਲਿਬਰੇਸ਼ਨ ਫੋਰਸ ਆ ਸਾਡਾ ਤਾਂ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਸੋ ਉਹਨਾਂ ਚੋਂ ਇੱਕ ਪ੍ਰਬੰਧਕ ਦਾ ਸਾਨੂੰ ਫੋਨ ਆਇਆ ਸੀ ਵੀ ਤੁਸੀਂ ਆਉਂਗੇ ਮੈਂ ਕਿਹਾ ਜੀ ਮੇਕੋ ਤਾਂ ਆ ਨਹੀਂ ਹੋਣਾ ਪਰ ਵੈਸੇ ਤੁਹਾਡਾ ਕਾਰਜ ਦੇਖਣ ਲਈ ਸ਼ਾਇਦ ਇਹ ਸੀ ਇੱਕ ਬੰਦਾ ਭੇਜ ਦिए ਸੋ ਸਾਡਾ ਉਹਨਾਂ ਦੇ ਨਾਲ ਵੈਸੇ ਕੋਈ ਸੰਬੰਧ ਨਹੀਂ ਹੈਗਾ ਜਦੋਂ ਆਪਾਂ ਨਾ ਇਸ ਮੁਲਕ 'ਚ ਰਹਿ ਕੇ ਨਾਮ ਰੱਖਦੇ ਆ ਜਦੋਂ ਲਿਬਰੇਸ਼ਨ ਉਹਦੀ ਉਸ ਚੀਜ਼ ਦੀ ਕਰਵਾਈ ਜਾਂਦੀ ਆ ਜਿਹੜੀ ਐਗਜ਼ਿਸਟ ਕਰਦੀ ਹੋਵੇ ਹੁਣ ਜਿਹੜੀ ਚੀਜ਼ ਐਗਜ਼ਿਸਟ ਨਹੀਂ ਕਰ ਰਹੀ ਉਹ ਮਤਲਬ ਲਿਬ੍ਰੇਟ ਆਪਾਂ ਕਰਾਉਣਾ ਕੀ ਚਾਹੁੰਦੇ ਆ ਹਮ ਅ ਔਰ ਮੇਰਾ ਸਾਰੇ ਬ੍ਰਿਟਿਸ਼ ਕਲਮੇਨ ਨੂੰ ਇਹ ਸੁਨੇਹਾ ਆ ਕਿ ਮੈਨੂੰ ਥੋੜਾ ਜਿਹਾ ਤਾਂ ਅੰਦਾਜ਼ਾ ਹੈਗਾ ਉੱਥੇ ਪ੍ਰਬੰਧਕ ਕੌਣ ਨੇ ਪਰ ਮੈਨੂੰ ਉਹ ਸਾਰੇ 21 22 ਬੰਦਿਆਂ ਦੇ ਨਾਮ ਨਹੀਂ ਯਾਦ ਹੈਗੇ ਜਿਹੜੇ ਬੰਦੇ ਸਾਹਮਣੇ ਦਿਖ ਰਹੇ ਨੇ ਉਹ ਵੀ ਹੈਗੇ ਪਰ ਕੋਖਿਓ ਜਰੂਰ ਕਿ ਪਿੱਛੇ ਬੰਦੇ ਕੌਣ ਬੈਠੇ ਨੇ ਔਰ ਜਿਹੜਾ ਉਹ ਇਵੈਂਟ ਹੋ ਰਿਹਾ ਆ ਤੁਸੀਂ ਇਹ ਦੇਖੋ ਵੀ ਜਿੰਨੇ ਵੀ ਬੰਦੇ ਜਾਣ ਜਾਗੇ ਨਾ ਉੱਥੇ ਜਾਣਗੇ ਉਹ ਬੇਨਤੀ ਉਹਨੂੰ ਸਵਾਲ ਜ਼ਰੂਰ ਪੁੱਛਿਓ ਕਿ ਤੁਹਾਡੇ ਵਿੱਚੋਂ ਗਰਾਂਟ ਲੈਣਾ ਤੇ ਕਿ ਇਹਨਾਂ ਦਾ ਕਿੱਤਾ ਆ profession ਆ ਇਹ ਜ਼ਰੂਰ ਪੁੱਛਿਓ ਤੇ ਦੂਜਾ ਇਹ ਪੁੱਛਿਓ ਵੀ ਜਿਹੜਾ ਜਿਨ੍ਹਾਂ ਚੋਂ ਤੁਹਾਡੇ ਐਕੈਡੈਮਿਕਸ ਬੈਠੇ ਹੋਏ ਨੇ ਜੇ ਮਿਊਜ਼ੀਅਮ ਬਣਦਾ ਉਹ ਉਹਦੇ ਵਿੱਚ ਕੋਈ ਥਾਂ ਲੈਣਗੇ ਕਿਉਂਕਿ ਉਹ ਆਮ ਜਿਹੜਾ ਕਨੇਡੀਅਨ ਆ ਉਹਨਾਂ ਨੂੰ ਸੱਦਿਆ ਜਾਏਗਾ ਕਿ ਤੁਸੀਂ ਸਾਨੂੰ ਦੱਸੋ ਭਾਈ ਅਸੀਂ ਜਿਹੜੇ ਨਵੇਂ ਆਰਟਿਸਟ ਆ ਉਹ ਗੇ ਲੈਣਾ ਚਾਹੁੰਦੇ ਆ ਜਿਹੜੇ ਆਮ ਕੈਨੇਡੀਅਨ ਆ ਜਿਨ੍ਹਾਂ ਕੋ ਸੂਜ ਆ ਅਸੀਂ ਚਾਹੁੰਦੇ ਆ ਵੀ ਹਰੇਕ ਬੰਦਾ ਕੰਸਲਟੇਸ਼ਨ ਕਰੇ ਉਹਨਾਂ ਨੂੰ ਐਕਸ ਅਮਾਉਂਟ ਮਿਲੇ ਜਾਂ ਸੋ ਸਾਡਾ ਇਹ ਮੰਨਣਾ ਜੀ ਕਿ ਹਰ ਕੈਨੇਡੀਅਨ ਦੀ ਉਹਦੇ ਚ ਸ਼ਿਰਕਤ ਹੋਣੀ ਚਾਹੀਦੀ ਆ ਕੌਜ਼ ਇਸ ਜਿਹੜਾ ਬਣਨਾ ਹੈ ਉਹ ਟੈਕਸ ਫੇਅਰ ਮੰਨੀ ਦਾ ਬਣਨਾ ਹੈ ਐਬਸੋਲੂਟਲੀ ਐਦਾਂ ਨਾ ਹੋਵੇ ਕਿ ਕਿਸੇ ਵੀ ਲਿਬਰੇਸ਼ਨ ਦੇ ਨਾਂ ਥੱਲੇ ਤੁਹਾਨੂੰ ਵਰਗਲਾ ਕੇ ਤੁਸੀਂ ਪਾਵਰ ਕਿਸੇ ਇੱਕ ਗ੍ਰਾਂਟ ਮਾਫੀਆ ਨੂੰ ਦੇ ਦਵਾਂ। ਇਹ ਮੜਿਆ ਖਿਆਲ ਰੱਖਿਓ ਤੁਸੀਂ। ਹੂੰ। ਸੋ ਇਹ ਇਹ ਬੇਨਤੀ ਹੈ ਜੀ ਸਾਡੀ ਸਾਰੇ ਸਾਰੇ ਅੱਗੇ। ਕੁਝ ਅਖੀਰ ਚ ਕਹਿਣਾ ਚਾਹਉਂ ਜੀ। ਅ ਅਖੀਰ ਚ ਜੀ ਬਹੁਤ ਸੋਹਣੇ ਮੁਰਖ ਚ ਰਹਿ ਰਹੇ ਆ। ਤੁਸੀਂ ਦੇਖੋ ਬਈ ਮੇਰੇ ਖਾਲ ਦੁਨੀਆ ਚੋਂ ਪਹਿਲਾ ਮੋਲਕ ਆ ਜਿੱਥੇ ਆਪਾਂ ਨੂੰ ਸਿੱਖ ਹੈਰੀਟੇਜ ਮੰਥ ਮਿਲਿਆ ਸੀਗਾ। ਸੋ ਸਾਡਾ ਇਹ ਮੈਸੇਜ ਹੋਣਾ ਚਾਹੀਦਾ ਕਿ ਅਸੀਂ ਲੋਕਾਂ ਚ ਵੰਡੀ ਨਹੀਂ ਪਾਉਣੀ ਹੈਗੀ। ਅ ਆਪਣੇ ਕੋਲ ਹਿਸਟੋਰੀਕਲ ਰੋਂਗ ਹੋਏ ਨੇ ਸਾਰਿਆਂ ਨਾਲ ਹੋਏ ਨੇ। ਦਲਿਤਾ ਨਾਲ ਹੋਏ ਨੇ। ਫਾਰਮਰ ਜਿਨ੍ਹਾਂ ਨੂੰ ਆਪਾਂ ਜੱਟ ਕਹਿੰਨੇ ਆ ਜਿਹਦਾ ਗੁਰੂ ਨਾਨਕ ਦੇਵ ਜੀ ਨੇ ਜਦੋਂ ਜ਼ਮੀਨ ਖਰੀਦੀ ਉਹ ਜੱਟ ਬਣ ਗਏ ਜੀ ਉਹ ਸੋ ਇਦਾਂ ਹੀ ਮੁਸਲਮਾਨ ਜੱਟ ਨੇ ਪਾਕਿਸਤਾਨ ਚ ਇਦਾਂ ਹੀ ਹਰਿਆਣਵੀ ਜੱਟ ਨੇ ਉਹ ਉਹਨਾਂ ਦੀ ਗਿਣਤੀ ਪੰਜਾਬੀ ਜੱਟਾਂ ਨਾਲੋਂ ਬਹੁਤ ਜ਼ਿਆਦਾ ਆ ਹਿਸਟੋਰੀਕਲ ਰੋਂਗ ਅਗੇਨ ਹੋਈ ਹੋਏ ਨੇ ਪਰ ਆਪਾਂ ਇਹ ਦੇਖਣਾ ਵੀ ਆਪਾਂ ਅੱਗੇ ਕਿਦਾਂ ਵਧਣਾ ਆਪਾਂ ਜਿਹੜਾ ਉਸ ਸਪੈਕਟਰਮ 'ਚ ਆ ਉਹਦੇ 'ਚ ਵਧੀਆ ਚੀਜ਼ਾਂ ਖਿੱਚਣੀਆਂ ਨੇ ਬਾਹਰ ਤੇ ਖਿੱਚ ਕੇ ਫਿਰ ਆਪਾਂ ਇੱਕ ਸਟਰੋਂਗ ਨੇਸ਼ਨ ਬਣਾਉਣੀ ਆ ਤੇ ਜੇ ਆਪਾਂ ਇਹਦਾ ਪਿੱਛੇ ਨੂੰ ਮੁੜਾਂਗੇ ਨਾ ਸਟਰੋਂਗ ਪ੍ਰੋਵਿੰਸ ਬਣਾਉਣਾ ਸਟਰੋਂਗ ਆਪਣੀ ਸਿਟੀ ਬਣਾਉਣੀ ਆ ਤੇ ਸਟਰੋਂਗ ਫੈਮਿਲੀ ਬਣਾਉਣੀ ਆ ਸੋ ਜਿਹੜੇ ਪੜਨ ਵਾਲੇ ਲੋਕ ਨੇ ਆਪਾਂ ਉਹਨਾਂ ਨੂੰ ਆਈਡੈਂਟੀਫਾਈ ਕਰੀਏ ਬਸ ਇਹੀ ਸੁਨੇਹਾ ਜੀ ਤੇ ਬਾਕੀ ਬਹੁਤ ਖੂਬਸੂਰਤ ਕੰਟਰੀ 'ਚ ਰਹਿਣ ਦਾ ਵਾਹਿਗੁਰੂ ਦਾ ਸ਼ੁਕਰ ਹੈ ਜੀ ਰਾਜਪੰਡਾਲ ਜੀ ਸਮਾਂ ਕੱਢਣ ਵਾਸਤੇ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ